14/7 ਨੂੰ SHO ਸਮਰਾਲਾ ਭਿੰਦਰ ਸਿੰਘ ਹਰਾ ਨੂੰ ਦਿਨੇਸ਼ ਯਾਦਵ ਨਾਂ ਦੇ ਵਿਅਕਤੀ ਨੇ ਕੰਪਲੇਂਟ ਕੀਤੀ ਸੀ ਕਿ ਉਸਦਾ ਮੋਬਾਈਲ ਫੋਨ ਜਿਹੜਾ ਖੋ ਹੋ ਗਿਆ। ਤਾਂ ਇਹਨਾਂ ਨੇ ਮੁਕੱਦਮਾ ਦਰਜ ਕਰਕੇ ਉਹਦੀ ਇਨਵੈਸਟੀਗੇਸ਼ਨ ਕੀਤੀ ਅਤੇ ਇਨਵੈਸਟੀਗੇਸ਼ਨ ਦੇ ਦੌਰਾਨ ਪਾਇਆ ਗਿਆ ਕਿ ਮਨਵੀਰ ਸਿੰਘ ਅਤੇ ਮਨਪ੍ਰੀਤ ਸਿੰਘ ਇਹ ਜਿਹੜੇ ਦੋਨੇ ਨੇ ਇਹ ਵਾਰਦਾਤਾਂ ਕਰਨ ਦੇ ਆਦੀ ਨੇ। ਤਾਂ ਇਸ ਬਣਾ 'ਤੇ ਮੁੱਖ ਅਫਸਰ ਸਮਰਾਲਾ ਭਿੰਦਰ ਸਿੰਘ ਰਾਣੇ ਦੀ ਪਾਰਟੀ ਨੇ ਇਹਨੂੰ ਮਨਵੀਰ ਨੂੰ ਜਿਹੜਾ ਕਾਬੂ ਕਰ ਲਿਆ। ਮਨਵੀਰ ਨੂੰ ਕਾਬੂ ਕਰਕੇ ਇਹਦੇ ਕਬਜ਼ੇ ਵਿੱਚੋਂ 10 ਮੋਬਾਈਲ ਜਿਹੜੇ ਨੇ ਵੱਖ ਵੱਖ ਥਾਵਾਂ ਤੋਂ ਖੋਏ ਹੋਏ ਉਹ ਬਰਾਮਦ ਕਰ ਲਏ ਨੇ। ਇਹਦੇ ਵਿੱਚ ਇੱਕ ਇੰਪੋਰਟੈਂਟ ਗੱਲ ਇਹ ਹੈ ਕਿ ਪਿਛਲੇ ਦਿਨਾਂ ਵਿੱਚ ITI ਤੋਂ ਵੀ ਜਿਹੜੇ ਫੋਨ ਗਾਇਬ ਹੋ ਗਏ ਸੀ ਉਹ ਵੀ ਇਸੇ ਪਾਰਟੀ ਨੇ ਜਿਹੜਾ ਉੱਥੋਂ ਖੋਏ ਹੋਏ ਨੇ। ਇਸ ਗੱਲ ਨੂੰ ਲੈ ਕੇ ਜਿਹੜਾ ਇਹਦੇ ਨਾਲ ਦਾ ਮੁਰਜਮ ਆ ਉਹ ਵੀ ਸਾਨੂੰ ਮਤਲਬ ਟਰੇਸ ਹੋ ਗਿਆ, ਜਿਹਦੀ ਅਜੇ ਗ੍ਰਿਫਤਾਰੀ ਬਾਕੀ ਹੈ। ਇਹ ਇਕੱਲੇ ਮੋਬਾਈਲ ਤੋਂ ਬਿਨਾਂ ਜਿਹੜਾ ਇਹ ਜੇ ਕੋਈ ਇਕੱਲਾ ਮਿਲ ਜਾਂਦਾ ਉਹਦੇ ਤੋਂ ਪੈਸੇ ਦੀ ਵੀ ਖੋਹ ਕਰਦੇ ਆ। ਔਰ ਬੇਸਿਕਲੀ ਇਹ ਜਿਹੜਾ ਇਹ ਵਿਅਕਤੀ ਇਹ ਨਸ਼ੇ ਦਾ ਆਦੀ ਹੈ, ਨਸ਼ੇ ਦਾ ਆਦੀ ਹੋਣ ਕਰਕੇ ਨਸ਼ੇ ਦੀ ਲੱਚ ਨੂੰ ਪੂਰਾ ਕਰਨ ਲਈ ਇਹ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ। ਔਰ ਇੱਕ ਹੋਰ ਇਸਦੀ ਜਿਹੜੀ ਮਦਰ ਹੈ ਉਹ ਵੀ ਇਹਦਾ ਕਈ ਗੱਲਾਂ ਵਿੱਚ ਇਹਦਾ ਸਾਥ ਦਿੰਦੀ ਹੈ। ਪਿਛਲੇ ਦਿਨੀ ਉਹਨੂੰ ਵੀ ਅਸੀਂ ਅਰੈਸਟ ਕੀਤਾ ਸੀ, ਅਰੈਸਟ ਕਰਕੇ ਜਿਹੜੀ ਉਹਨੂੰ ਜੇਲ੍ਹ ਭੇਜ ਦਿੱਤਾ। ਔਰ ਇਹ ਇਹਦਾ ਅਸੀਂ ਜਿਹੜੇ ਮੋਬਾਈਲ ਅਤੇ ਪੈਸੇ ਦੀ ਖੋਹ ਕਰਦਾ ਉਹ ਤਾਂ ਕੇਸ ਅਸੀਂ ਟਰੇਸ ਕਰ ਹੀ ਰਹੇ ਹਾਂ, ਉਹਦੇ ਨਾਲ ਨਾਲ ਇਹ ਨਸ਼ਾ ਕਿੱਥੋਂ ਲੈ ਕੇ ਆਉਂਦਾ ਅਤੇ ਅੱਗੇ ਸਪਲਾਈ ਕਰਦਾ ਉਹ ਵੀ ਅਸੀਂ ਪੈਰਲਲ ਜਿਹੜਾ ਨਾਲ ਨਾਲ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਉਹਦੇ ਵਿੱਚ ਵੀ ਜਿਹੜਾ ਆਉਣ ਵਾਲੇ 1-2 ਦਿਨਾਂ 'ਚ ਜਲਦੀ ਖੁਲਾਸਾ ਮਿਲਦਾ। ਨਹੀਂ, ਸਪਲਾਈ ਇਹਦੀ ਮਦਰ ਜਿਹੜੀ ਆ ਉਹ ਨਸ਼ਾ ਕਰਦੀ ਹੈ, ਇਹ ਵੀ ਨਸ਼ਾ ਕਰਦਾ, ਕਿੱਥੋਂ ਲੈ ਕੇ ਆਉਂਦਾ, ਕਿੱਥੇ ਅੱਗੇ ਸਪਲਾਈ ਕਰਦਾ ਉਹ ਸਾਡਾ ਅੱਜ ਇਨਵੈਸਟੀਗੇਸ਼ਨ ਚੱਲ ਰਹੀ ਹੈ, ਉਹ ਅਸੀਂ ਜਲਦੀ 1-2 ਦਿਨਾਂ 'ਚ ਖੁਲਾਸਾ। ਤੁਸੀਂ ਦੱਸਿਆ ਵੀ ਇਹ ਮੋਬਾਈਲ ਖੋਹਦਾ ਵੀ ਆ, ਪੈਸੇ ਵੀ ਖੋਹਦਾ, ਅੱਜ ਤੱਕ ਕਿਸੇ ਨੂੰ ਫੱਟੜ ਵੀ ਕੀਤਾ? ਸਾਡੇ ਕੋਲ ਅਜੇ ਫਿਲਹਾਲ ਕੋਈ ਕੰਪਲੇਂਟ ਨਹੀਂ ਆਈ ਇੱਦਾਂ ਦੀ ਵੀ ਕਿਸੇ ਨੂੰ ਜ਼ਖਮੀ ਕਰਕੇ ਗਿਆ ਹੋਵੇ, ਲੇਕਿਨ ਜੇ ਕੋਈ ਅਜਿਹੀ ਗੱਲ ਨੋਟਿਸ 'ਚ ਆਈ ਤਾਂ ਜ਼ਰੂਰ ਕਰਾਂਗੇ। ਸਰ, ਜਾਂਚ ਪਤਾ ਲੱਗੇ ਕਿੰਨੇ ਕੁ ਟਾਈਮ ਤੋਂ ਕਰ ਰਹੇ ਕੰਮ ਹੈ ਜਿਹੜੇ ਕਰ ਰਿਹਾ? ਇਹ ਜਾਂਚ ਤੋਂ ਜਿਹੜੀ ਸਾਡੇ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ, ਇਹ ਤਕਰੀਬਨ 1 ਸਾਲ ਤੋਂ ਇਹੋ ਜਿਹੇ ਧੰਦੇ 'ਚ ਪਿਆ। ਕਿੰਨੀ ਕੁ ਉਮਰ ਦਾ ਜੀ, ਇਹ ਪੜ੍ਹਦਾ ਜਾਂ ਨਹੀਂ ਪੜ੍ਹਦਾ? ਨਹੀਂ, ਇਹ ਪੜ੍ਹ ਨਹੀਂ ਰਿਹਾ, ਲੇਕਿਨ ਅਜੇ ਬਿਲਕੁਲ ਯੰਗ ਉਮਰ ਹੈ, ਲੇਕਿਨ ਨਸ਼ੇ 'ਚ ਪੈਣ ਕਰਕੇ ਇਹ ਲੁੱਟਾਂ ਖਵਾਉਣ ਦੀਆਂ ਵਾਰਦਾਤਾਂ। ਪਹਿਲਾਂ ਵੀ ਮੁਕੱਦਮਾ ਦਰਜ ਹੈ ਜੀ, ਪਹਿਲੀ ਵਾਰ ਜਾਂਚ ਹੋਇਆ? ਉਹ ਇਨਵੈਸਟੀਗੇਸ਼ਨ ਦੇ ਵਿੱਚ ਦੇਖਦੇ ਹਾਂ ਅਸੀਂ, ਅਜੇ ਕਲੀਅਰ ਕਰਨਾ ਬਾਕੀ ਹੈ।